ਗਾਈਸ ਅੱਜ ਅਸੀਂ ਜਾ ਰਹੇ ਹਾਂ ਕਿਥੇ ਮਤਲਬ ਇੱਥੇ ਦੀ ਬਹੁਤ ਵਧੀਆ ਜਗ੍ਹਾ ਜਿੱਥੇ ਬਹੁਤ ਜ਼ਿਆਦਾ ਦਿਲ ਸੀ ਸਾਡਾ ਜਾਣ ਦਾ ਹੈਗਾ ਵਾ ਵੰਡਰਲੈਂਡ। ਮੇਰੇ ਨਾਲ ਅਸ਼ੀਸ਼ ਅਰੋੜਾ ਜੀ ਜੋ ਕਿ ਮੇਰੇ ਮਾਮੇ ਦਾ ਮੁੰਡਾ ਅਤੇ ਮੇਰੀ ਮੰਮੀ ਦਾ ਭਤੀਜਾ ਹੈਨਾ ਇੱਥੇ ਲੱਗਦਾ। ਬਹੁਤ ਚਿਰਾਂ ਬਾਅਦ ਸਾਡਾ ਇਹ ਪਲੈਨ ਬਣਿਆ। ਚਲੋ ਮੈਨੂੰ ਰਾਈਡਸ ਬਹੁਤ ਜ਼ਿਆਦਾ ਪਸੰਦ ਆ ਡੈਟਸ ਹੋਇਆ ਅੱਜ ਆਪਾਂ ਫਾਈਨਲੀ ਪਲੈਨ ਬਣਾ ਲਿਆ ਵਾ ਜਾਣ ਦਾ। ਆਪਾਂ ਤੁਹਾਨੂੰ ਸਾਰੀਆਂ ਚੀਜ਼ਾਂ ਸ਼ੇਅਰ ਕਰਾਂਗੇ ਕਿ ਵੰਡਰਲੈਂਡ ਦੀਆਂ ਸਭ ਤੋਂ ਖਤਰਨਾਕ ਰਾਈਡਸ ਇੱਕ ਵੀ ਨਹੀਂ ਛੱਡਣੀ ਅੱਜ ਅਸੀਂ ਹੈਨਾ ਇੱਕ ਵੀ ਨਹੀਂ ਛੱਡਣੀ ਸਾਰੀਆਂ ਲੈ ਕੇ ਪੱਕਾ ਪੱਕਾ ਦੇਖ ਲੈ ਅੱਕਾ ਉੱਥੇ ਜਾ ਕੇ ਉਲਟੀਆਂ ਮਾਰੀਆਂ ਤੂੰ ਮੈਨੂੰ ਕਹਿਣਾ ਜਿੱਥੇ ਗੋਰੇ ਹੋਣੇ ਤਾਂ ਮੋਰੇ ਉਹ ਮੋਸਟਲੀ ਸਾਰੀ ਜਗ੍ਹਾ ਸਾਨੂੰ ਪੰਜਾਬੀ ਹੀ ਟਕਰਦੇ ਆ ਪਹਿਲੇ ਤਾਂ ਸੱਚ ਵਧਾਈਆਂ ਮੇਰੇ ਭਰਾ ਨੂੰ ਗੱਡੀ ਦੀਆਂ ਆਪਣੇ ਦੋਸਤ ਦੀ ਗੱਡੀ ਲੈ ਕੇ ਆਇਆ ਮਤਲਬ ਚੱਲ ਦੋਸਤ ਨੂੰ ਵਧਾਈਆਂ ਦੀਦੀ ਘਰ ਚ ਹੀ ਖੜੀ ਆ ਹਨਾ। ਚਲੋ ਆਪਾਂ ਤੁਹਾਨੂੰ ਹੁਣ ਅੱਗੇ ਦੱਸਾਂਗੇ ਸਾਰਾ ਕਿੱਦਾਂ ਮਤਲਬ ਰਾਈਡਸ ਬਾਰੇ ਸ਼ੇਅਰ ਕਰਾਂਗੇ ਅਤੇ ਸਭ ਤੋਂ ਇੱਥੇ ਖਤਰਨਾਕ ਜਿਹੜੀ ਰਾਈਡ ਆ ਲਵਾਈਥਨ ਰੋਲਰ ਕੋਸਟਰ ਆ ਆਪਾਂ ਉਹ ਵੀ ਲੈਣਾ। ਸਾਡੇ ਨਾਲ ਹੋਰ ਵੀ ਬਹੁਤ ਜ਼ਿਆਦਾ ਜਾਣੇ ਜੁੜਨੇ ਸੀਗੇ ਬਟ ਅਨਫੋਰਚੁਨੇਟਲੀ ਨਹੀਂ ਆ ਪਾਏ ਕੋਈ। ਸਾਹਮਣੇ ਸਾਡੇ ਹੈਗੀ ਆ ਰੋਲਰ ਕੋਸਟਰ ਰਾਈਡ ਇਹਨੂੰ ਕਹਿੰਦੇ ਲਵਾਈਥਨ ਮੇ ਬੀ ਹਾਂ ਇਹੀ ਹੈ ਯਹਾਂ ਕੀ ਲਵਾਈਥਨ ਰਾਈਡ ਮੈਨੂੰ ਲੱਗਦਾ ਨਹੀਂ ਰਸ਼ ਹੈਗਾ ਹਨਾ ਬਾਕੀ ਪਤਾ ਨਹੀਂ ਅੱਗੇ ਗਾੜੀਆਂ ਤਾਂ ਬਹੁਤ ਸਾਰੀ ਖੜੀ ਹੈ ਉਹ ਸਕੂਲ ਕੀ ਬੱਸ ਵੀ ਆ ਰਹੀ ਹੈ ਮਤਲਬ ਸਕੂਲ ਵਾਲੇ ਬੱਚੇ ਵੀ ਆਏ ਹੈ ਹਨਾ ਬਸ ਮੈਂ ਹੋਪਫੁਲੀ ਰਾਈਡ 'ਤੇ ਬਹਿ ਕੇ ਵੀਡੀਓ ਬਣਾ ਸਕਾਂ ਮੇਰੇ ਹੱਥ ਫੋਨ ਨਾ ਛੁੱਟ ਜਾਵੇ ਇੰਸ਼ੋਰੈਂਸ ਹੈਗੀ ਆ ਫੋਨ ਦੀ ਇੰਸ਼ੋਰੈਂਸ ਹੈਗੀ ਮਤਲਬ ਜਿਹੜੇ ਮਤਲਬ ਆਪਣੇ ਪੰਜਾਬ ਦੇ ਹੈਗੇ ਨਾ ਉਹਨਾਂ ਨੇ ਜਲੰਧਰ ਦਾ ਵੰਡਰਲੈਂਡ ਦੇਖਿਆ ਹੋਣਾ ਇਹ ਉਹਨਾਂ ਦੀ ਫਰੈਂਚਾਈਜ਼ ਸੀਗੀ ਇੱਥੇ ਉਹਨਾਂ ਨੇ ਕੈਨੇਡਾ 'ਚ ਵੀ ਵੰਡਰਲੈਂਡ ਖੋਲਿਆ ਹੋਇਆ ਇਹ ਗੱਲ ਨੂੰ ਸੀਰੀਅਸ ਨਾ ਲਿੱਤਾ ਜਾਵੇ ਬ੍ਰੋ ਆਰ ਯੂ ਰੈਡੀ ਰੈਡੀ ਫੋਰ ਦ ਐਡਵੈਂਚਰਸ ਰਾਈਡਸ ਹਨਾ ਥੈਂਕਸ ਮੀ ਲੇਟਰ ਕਿ ਮੈਂ ਤੈਨੂੰ ਇੱਥੇ ਲੈ ਕੇ ਆਇਆ ਨਹੀਂ ਤਾਂ ਮੈਂ ਨਾ ਆਉਂਦਾ ਤੂੰ ਵੰਡਰਲੈਂਡ ਕਿੱਥੇ ਆਉਣਾ ਸੀ ਮੈਂ ਤਾਂ ਆਉਣਾ ਹੀ ਨਹੀਂ ਇਹ ਬਸ ਮਤਲਬ ਸ਼ੁਰੂ ਤੋਂ ਕਿਰਪਾ ਰੱਬ ਦੀ ਜਿੱਥੇ ਜਾਈਦਾ ਸੀ ਰੌਣਕਾਂ ਲਾ ਦੇਈਦੀਆਂ ਹੋਰ ਕੁਛ ਨਹੀਂ ਹੈਗਾ ਕਿ ਨਹੀਂ ਬਸ ਆਪਾਂ ਹੁਣ ਅੰਦਰ ਜਾ ਕੇ ਦੇਖਾਂਗੇ ਵੰਡਰਲੈਂਡ ਵੰਡਰਲੈਂਡ ਕਿੱਦਾਂ ਦਾ ਵਾ ਟੂ ਡੇਜ਼ ਟੂ ਮੱਚ ਰਸ਼ ਇਹ ਹੈ ਹਮਾਰੀ ਦਾ ਵਨ ਐਂਡ ਓਨਲੀ ਲਵਾਈਥਨ ਜੋ ਯਹਾਂ ਕੀ ਸਭਸੇ ਖਤਰਨਾਕ ਰਾਈਡ ਹੈ ਜਿੱਥੇ ਮਰਜ਼ੀ ਲੱਗ ਜਾਏ ਇੱਥੇ ਲੱਗ ਜਾਓ ਕੀ ਸੇਮ ਹੀ ਆ ਇੱਥੇ ਲੱਗ ਜਾ ਬਸ ਮਤਲਬ ਤੁਸੀਂ ਟਰਾਈ ਕਰੋ ਕਿ ਵੀਕਐਂਡਸ 'ਤੇ ਨਾ ਆਓ ਵੀਕਐਂਡ 'ਤੇ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਨਾ ਵੀਕ ਡੇਜ਼ 'ਤੇ ਆਉਣਾ ਪ੍ਰੈਫਰ ਕਰਿਆ ਕਰੋ ਦ ਵੰਡਰਲੈਂਡ ਐਂਡ ਵੰਡਰਲੈਂਡ ਸੋ ਸਾਡਾ ਅਗਰ ਗੱਲ ਕਰੀਏ ਇੱਥੇ ਪਹੁੰਚ ਕੇ ਨਾ ਇੱਕ ਸਿਕਿਉਰਿਟੀ ਚੈੱਕਅਪ ਹੁੰਦਾ ਉਹਦੇ ਵਿੱਚ ਤੁਹਾਡਾ ਬੈਗ ਵੀ ਚੈੱਕ ਹੁੰਦਾ ਵਾ ਆਈਡੀ ਦਾ ਪਤਾ ਨਹੀਂ ਹਲੇ ਹੋਣੀ ਕਿ ਨਹੀਂ ਹੋਣੀ ਕਿਉਂ ਬਈ ਆਈਡੀ ਸ਼ਾਇਦ ਨਾ ਹੀ ਹੋਵੇ ਆਈਡੀ ਸ਼ਾਇਦ ਨਾ ਹੀ ਹੋਵੇ ਬਟ ਬੈਗ ਚੈੱਕ ਹੁੰਦਾ ਅਤੇ ਤੁਹਾਡੀ ਟਿਕਟ ਚੈੱਕ ਹੁੰਦੀ ਇਟ ਸਮਰ ਗਾਈਸ ਹਾਂ ਸੇਲਸ ਐਂਡ ਰਿਡੈਂਪਸ਼ਨ ਫਾਈਨਲੀ ਵੀ ਆਰ ਇਨ ਗਾਈਸ ਸਿਕਿਉਰਿਟੀ 'ਤੇ ਤੁਹਾਡੇ ਟਿਕਟ ਸਕੈਨ ਹੁੰਦੀ ਆ ਵਾ
बैग चेक होता, पॉकेट्स चेक नहीं करते, बट वो कहते अगर कोई समान हैगा तो कर दो। क्यों भाई वो ले लेंगे। लाइक एक इफ अगर तुम्हारी टिकट हैगी एक आदि राइड प्लस रिफ्रेश थी, दैन अंदर एंटर करके राइट हैंड साइड पर कितने हैगा वा सेल्स एंड रिडम्पशन, तो उतो जाके तुम एक बैंड लेना वा जिद फ्री ड्रिंक्स मिलूगी, है ना। मैं तो नॉर्मल टिकट ली हर टिकट्स ने ली है, एड्डी महंगी टिकट सानू तो पता नहीं, फिर ये यूनो तरन तरन वाले कुछ भी कर सकते हैं कि नहीं है। सही गल है, चल अच्छा तो वो भी है क्या कप प्लेट वाला, वो कप प्लेट वाला जो निकू पार्क में नहीं होता है। चले चल आ भी ले लेंगे, कोई सारे लेने ब्रो, पर एक भी नहीं छड़ना, भावे वाटर पार्क रह जाए। अगली बारी आई या पर राइड दिखाने तुम कि ना, क्योंकि जो मैं बह जाना उदो तो फोन मेरे हाथ च नहीं होना, मैं तुम इतने शो दिखाने लाइन लगी हुई है। अगली बार तो साड़ी बारी आ जानी है, That's the ride which we will take. पहले ले हुई ना अभी, ओ पहले ले हुई क्या? हाँ मैं ले लिया। कितना राइड? बढ़िया, खतरनाक है? खतरनाक को मान लिया। चलो आप पता नहीं था, नहीं मैं भी ये 360 मैं तो हूँ डर लगी है ना, मैं करे जा रहा मम्मी। तो गाइज राइड जी शुरू हो चुकी है, तुसे देख सकते हैं काका ये पहले पहले स्वाद दे रही तुम हौली हौली बाद च पता लगना ही, करता पुठा। ओ शिट ओ शिट ओ शिट मैं नहीं जाना वापस ले जाओ, लवेंगे आप लवेंगे कोई नहीं। एक ही ना लदा बना के नहीं जो मूँह तो पानी मार दे है, तेज होगी ओ माई गॉड राइड खराब होगी लदा ऊपर रोकती नहीं आ गया। ओ शिट ये तो पूरा मौत का एहसास कराते हैं है ओ दे जान के हूँ एकदम तेज हो। ओह शिट मैन चलो हूँ इन्हों के बाद चो असी बहना वा, उ तो मेरे हाथ से फोन नहीं होना, तुम देख ही लिया राइड कि डेडली है ना, हम आप अगली राइड दिखावे जब तक इन एक्सपीरियंस करिए। क्यों यार बेचारे क्यों मौत की सूले टंगे जान जान के प्यार ना पुट्ठा लै ना नहीं देखी वो चेक असी राइड ले ली कुछ नहीं, बस थोड़ा गिना करता मुँह तो पानी मारिया लिटरली बहुत अमेजिंग सी मजा चलती भी है घोड़े नहीं लैनी अशीष जी सलाह दे रहे मैं कहते इतने चलो घोड़े से बैठो
world's turn to Gardening. The Leviathan. Most dangerous ride of Canada's Wonderland. ਬਹੁਤ ਜ਼ਿਆਦਾ ਮਤਲਬ ਪੂਰਾ ਵੰਡਰਲੈਂਡ ਕਵਰ ਕਰਦਾ ਏਡੇ ਵੱਡਾ ਰੋਲਰ ਕੋਸਟਰ ਦਾ ਇੱਥੇ ਵੀ ਆ ਦੈਨ ਅੱਗੇ ਜਾਂਦਾ ਫਿਰ ਉੱਧਰ ਜਾਂਦਾ ਫਾਈਨਲੀ ਯੂ ਨੋ ਅਪਰੋਕਸੀਮੇਟਲੀ ਇੱਕ ਘੰਟਾ ਵੇਟ ਕੀਤਾ ਹੁਣ ਇੱਥੇ ਪਹੁੰਚੇ ਹਾਂ ਹੋਰ 10 ਮਿੰਟ ਵੇਟ ਕਰਨਾ ਦੈਨ ਇੱਥੇ ਦੈਨ ਸਾਡੀ ਰਾਈਡ ਉੱਥੇ ਉੱਥੋਂ ਦੇ ਫਿਰ ਪੂਰਾ ਕੈਨੇਡਾ कैनेडा के पूरा वंडरलैंड घूमना फिर से तो फाइनली वी आर ऑन द वे गाइस ये वाली जिसमें हम बैठ के जाएंगे फोन्स अलाउड नहीं है इस करके मैं तो नहीं दिखा सकता उधर से देख सकते हैं पूरा इन्हें कैनेडा का वंडरलैंड कवर किया पूरी राइड उत्थे तक जानी है ਪੂਰੀ ਘੁੰਮਾ ਕੇ ਲੈ ਕੇ ਆਉਂਦੇ ਸਨ ਸੋ ਲਵਾਈਥਨ ਦੀ ਰਾਈਡ ਸਾਡੀ ਹੋ ਗਈ ਡਨ ਇਟ ਵਾਜ ਇਨਸੇਨ ਲਾਈਕ ਮੈਨੂੰ 3 ਕਿਲੋਮੀਟਰ 1 ਮਿੰਟ ਦੇ ਅੰਦਰ ਉਹ ਕੱਢ ਦਿੰਦੀ ਏਡੀ ਜ਼ਿਆਦਾ ਖਤਰਨਾਕ ਮੇਰੀਆਂ ਹਾਲੇ ਤਾਂ ਲੱਤਾਂ ਕੰਬ ਰਹੀਆਂ ਜਦੋਂ ਸਟਾਰਟਿੰਗ ਜਦੋਂ ਨੀਚੇ ਜਾਂਦੀ ਉਦੋਂ ਤਾਂ ਬਸ ਇੱਦਾਂ ਹੁੰਦਾ ਬਸ ਭਗਵਾਨ ਯਾਦ ਆ ਗਏ ਸਰ बिल्कुल भी नहीं लेके जावांगे सलाह फोन लेके जानी बट मैं नहीं लेके वाटर पार्क तो वापस आए हैं इधर वाटर पार्क बड़ा बेकार इंडिया वाला बहुत बढ़िया बैंड तो दसा मैं एक आप टिकट ले गया रिफ्रेश वाली जिन्हें आप जिनी मर्जी ड्रिंक पी सकते इतने देखो बहुत सारे ड्रिंक्स है स्प्राइट पी पी के डोली चलो बर्फ पाई चलो जो मर्जी करो ताकि मर्जी है इदा कर तू ले लै पीच हम मैं पीच सिलेक्ट किया मैं तो पीच लगाओ ड्रिंक भर हो जानी पीओ नहीं पसंद दूध तो इतने भी नमी पी लो फायदा ये फायदा चको सो गाइस मैं हमने तुम एक मशीन दिखाई से ना आप एक स्कैम किया 1000 की टिकट ले लियो मशीन वाली तो आप रिफिल किया अद्धा इन्हें पीता अद्धा मैं पीता ठीक है जो आप होर रिफिल कर लिया वो अद्धा इन्हें पीता फिर मैं पीता इतने बस अद्धा अद्धा करके आप 10 ड्रिंका पीतिया तो अगर तुम वाटर पार्क जाते हैं इतने बहुत जरूरी चीज़ एक लॉकर लेना पैदा $25 एक्सट्रा लाते हुए हूँ असी अपने पंजाबियों का भला किया लॉकर लिया बाद जान लगे उन्होंने देता कि तुम कहते $25 खर्चने हैं लॉकर ले लो साढ़े को पहले मैं सोचा कि उन्होंने कहूँगा इंटरैक्ट कर दो $10 मैं क्या छोड़ दूँगा की करने है ना भी अपने बंदे ने भला कर मीह के मौसम से वंडरलैंड कभी भी ना हो असी आए गलती कर ली मतलब सवेरे धुप सी हूँ मीह पैन लग गया राइडा बंद हो गई वाटर पार्क असं छड आए हैं हूँ वेट करने 10-15 मिनट मीह रुकता ठीक है नहीं तो गुड बाय टाटा हो जानी साड़ी तो कुछ खा पी के घर तितर मित्र होर की करना है कुछ नहीं करना बस चलो करा तो पैसे खराब मैं कहने कराए बारिश हो चलो कोई नहीं अगे तुम दिखाने होर आप कि बहुत सारी राइड्स लिया मोस्टली आप 10 राइड लै चुके हैं तो इन ज़्यादा तगड़िया सी मतलब राइड्स वाला पार्क बहुत ज़्यादा बढ़िया वाटर पार्क जमा ही घटिया यस एंड गाइस द एंड ऑफ वंडरलैंड इज लाइक बहुत ज़्यादा खतरनाक जस्ट बिकॉज बारिश आ गई है तो सारे भज रहे हैं भागो Guys, goodbye. Assi ja rahe hain wapas.
था मेरा सफर इतना था किसी का, मिलेंगे अगले ब्लॉग में। मीन है सारा काम जरूर खराब हुआ था, बट इट्स ओके, कोई चक्कर नहीं। अब मोस्ट ऑफ द राइड्स लेनी नहीं है सीखी है। ते लास्ट में थोड़ा दो चार चीज़ें शेयर करना कि कैनेडा की वन लैंड टिकट में थोड़ा पहले भी दस थी $49 प्लस टैक्स है नॉर्मल, 54 प्लस टैक्स है। अगर तुम ना लो रिफिल लेना कोल्ड ड्रिंक में, रिफिल लैन भी जाना सारे बीच साढ़े जो दस बीती। अगर मैं अपना पॉइंट ऑफ व्यू दसा तो इंस्टेड ऑफ बाइंग टिकट चलो होपफुली तुहानू ब्लॉग वधिया लगा होगा। मिलांगे आपां अगले ब्लॉग च, तद तक लई गुड बाय, बी पॉजिटिव एंड स्प्रेड पॉजिटिविटी।